ਵੀ ਡਰਨ ਦੀ ਲੋੜ ਨਹੀਂ ਕਿਸੇ ਨੂੰ ਵੀ ਹੁਣ ਭਰਾ ਨੂੰ। ਆਹ ਬੰਨ ਜਿਹੜਾ ਟੁੱਟਿਆ ਸੀ ਚੰਦ ਤੁਰਲਾ ਬੰਨਣ ਲੱਗ ਗਏ ਅਤੇ ਪਾਣੀ ਗਿਆ ਘੱਟ ਬਿਲਕੁਲ ਹੀ। ਹੁਣ ਜਿਹੜਾ ਇਹ ਰੁਕਿਆ ਹੋਇਆ ਪਾਣੀ ਹੈ ਇਹ ਚੱਲ ਨਹੀਂ ਰਿਹਾ। ਅੱਗੇ ਕਿਸੇ ਵੀ ਵੀਰ ਨੂੰ ਡਰਨ ਦੀ ਲੋੜ ਨਹੀਂ, ਬੰਨ ਰੁਕਿਆ ਹੋਇਆ ਪਾਣੀ ਰੁਕ ਗਿਆ, ਘੱਟ ਗਿਆ ਪਾਣੀ ਦਾ ਜਲ ਸਤਰ ਅਤੇ ਹੁਣ ਬੰਨਣ ਦੀ ਤਿਆਰੀ ਚੱਲ ਰਹੀ ਆ। ਹਾਂਜੀ ਦੋਸਤੋ, ਚੰਦ ਭਰਾ ਬਣਨ ਤੇ ਇੱਕ ਤਾਜ਼ਾ ਅਪਡੇਟ ਤੁਹਾਡੇ ਨਾਲ ਆਪਾਂ ਸਾਂਝੀ ਕਰਨ ਲੱਗਿਆ। ਸੋ ਸਾਰੇ ਭਰਾ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਦੇ। ਸੋ ਦੱਸਿਆ ਜਾ ਰਿਹਾ ਕਿ ਚੰਦ ਭਰੇ ਬਣਨ ਦਾ ਕੰਮ ਆ ਜਿਹੜਾ ਕਿ ਉਹ ਸ਼ੁਰੂ ਕਰ ਦਿੱਤਾ ਆਰਮੀ ਦੁਆਰਾ, ਅਤੇ ਉੱਥੇ ਦਫਾ 44 ਵੀ ਲਗਾ ਦਿੱਤੀ ਹੈ ਅਤੇ ਨਾ ਹੀ ਕਿਸੇ ਨੂੰ ਲਵੇ ਆਉਣ ਦੇ ਰਹੀ ਆ ਆਰਮੀ। ਅਤੇ ਦੱਸਿਆ ਜਾ ਰਿਹਾ ਕਿ ਜਦੋਂ ਉਹਨਾਂ ਕੋਲ ਪੂਰੇ ਗੱਟੇ ਨੇ ਜਿਹੜੇ ਕਿ ਕੰਪਲੀਟ ਹੋ ਜਾਣਗੇ, ਉਸੇ ਟਾਈਮ ਹੀ ਆਰਮੀ ਬਣਨ ਲਾਉਣਾ ਸ਼ੁਰੂ ਕਰ ਦੇਊਗੀ। ਅਤੇ ਇਹ ਬਣਨ ਕਿੰਨੇ ਟਾਈਮ ਦੇ ਵਿੱਚ ਲੱਗ ਜਾਊਗਾ, ਇਹ ਬਣਨ ਲਾਉਣ ਦੇ ਵਿੱਚ ਸਿਰਫ 1 ਘੰਟਾ ਹੀ ਲੱਗੂਗਾ, ਜਿਸ ਦੀ ਵੀਡੀਓ ਤੁਸੀਂ ਅੱਗੇ ਵੀ ਦੇਖ ਸਕਦੇ ਹੋ। ਤੁਹਾਡੇ ਹਿਸਾਬ ਨਾਲ ਕਿੰਨੇ ਕੁ ਦਿਨਾਂ 'ਚ ਬੰਦ ਹੋ ਸਕਦਾ? 1 ਘੰਟੇ ਬੰਦ ਕਰ ਦੇਣਗੇ ਸਹੀ ਆਰਮੀ ਵਾਲੇ, ਜਦੋਂ ਉਹਨਾਂ ਕੋਲ ਸਾਰਾ ਸਮਾਨ ਪਹੁੰਚ ਗਿਆ। 1 ਘੰਟੇ ਮੈਂ ਤਿਆਰ ਹੈ। ਤੁਹਾਡਾ ਪਿੰਡ ਹੁਣ ਚਾਂਦਪੁਰਾ ਬਚਤ 'ਚ? ਹਾਂ ਬਚਤ, ਕਿਉਂਕਿ ਤੇ ਨਾਲ ਦੀ ਨਾਲ ਲੋਕ ਕਹਿੰਦੇ ਪਏ ਨੇ ਕਿ ਗੱਟਿਆਂ ਦੀ ਥੋੜ੍ਹੀ ਜਿਹੀ ਘਾਟ ਆ, ਬੋਰੀਆਂ ਦੀ ਘਾਟ ਆ। ਸੋ ਜਿਹੜੇ ਨਾਲ ਦੇ ਪਿੰਡ ਨੇ ਉਹ ਸਾਰੇ ਭਰਾ ਇਕੱਠੇ ਹੋ ਕੇ ਤੇ ਬੋਰੀਆਂ ਜ਼ਰੂਰ ਲੈ ਕੇ ਜਾਓ ਜਿੰਨੀਆਂ ਤੁਹਾਡੇ ਕੋਲ ਹੈਗੀਆਂ ਨੇ। ਸੋ ਗੱਟਿਆਂ ਦੀ ਬਹੁਤ ਲੋੜ ਆ ਅਤੇ ਬੰਦਿਆਂ ਦੀ ਬਹੁਤ ਲੋੜ ਆ ਗਈ। ਸੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਅੱਗੇ ਅਪਡੇਟਸ ਲਈ, ਬਾਕੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ।